ਬਾਪੂ ਜੀ, ਇੱਕ ਕੁਐਸਚਨ ਹੋਰ ਮੇਰੇ ਦਿਮਾਗ 'ਚ ਕਈ ਵਾਰ ਆਉਂਦਾ ਹੈ। ਜਿਵੇਂ ਅਸੀਂ ਕਿਸੇ ਧਰਮ ਵੱਲ ਆਕਰਸ਼ਿਤ ਹੋਈਏ ਤਾਂ ਚਾਹੁੰਦੇ ਵੀ ਧਰਮ ਆਪਣਾ ਲਈਏ, ਉਹ ਧਾਰਮਿਕ ਗੁਰੂ ਕਹਿੰਦੇ ਨੇ ਵੀ ਐਰੇ ਤੁਹਾਨੂੰ ਨਾਮ ਦਿੱਤਾ ਅਤੇ ਅੱਜ ਤੋਂ ਤੂੰ ਨਾ ਮੀਟ ਖਾਣਾ, ਨਾ ਨੋਨ ਵੈਜ ਖਾਣਾ, ਨਾ ਸ਼ਰਾਬ ਪੀਣੀ, ਅਤੇ ਤੂੰ ਧਾਰਮਿਕ ਬਣ ਗਿਆ। ਦੇਖੋ, ਇਹਦੇ 'ਤੇ ਬਹੁਤ ਕੁਛ ਹੋ ਚੁੱਕਿਆ। ਹਾਂਜੀ, ਅਤੇ ਮੈਂ ਹੁਣ ਇੱਕ ਜਿੰਨੇ ਠੰਡੇ ਮੁਲਕਾਂ ਦੇ ਲੋਕ ਨੇ, ਚਲੋ ਈਸਾਈ ਨੇ, ਯਹੂਦੀ ਨੇ, ਹੋਰ ਨੇ, ਸਾਰੇ ਇਹ ਲੈ ਲੈਂਦੇ ਆਪਾਂ, ਇੰਡੀਅਨ ਵੀ ਨੇ ਸਾਰੇ, ਅਸੀਂ ਖਾਂਦੇ ਹਾਂ। ਨਹੀਂ ਨਹੀਂ, ਸੁਣੋ ਮੇਰੀ ਗੱਲ, ਆਪਾਂ ਇੱਕ ਕੌਮ ਦੇ ਤੌਰ 'ਤੇ ਹੱਲੇ ਲੈਂਦੇ ਹਾਂ। ਸਾਨੂੰ ਤਾਂ ਉਹ ਕਹਿੰਦੇ ਨੇ ਰਾਕਸ਼ਸ ਨੇ, ਆਪਣੀ ਨਾ ਗੱਲ ਕਰੋ, ਸਾਨੂੰ ਤਾਂ ਕਹਿੰਦੇ ਰਾਕਸ਼ਸ ਨੇ ਇਹ, ਆਪਾਂ ਦੂਏ ਦੇ ਘਰ ਦੀ ਗੱਲ ਕਰੀਏ। ਮੈਂ ਕਹਿੰਦਾ ਵੀ ਜਿੰਨੇ ਈਸਾਈ ਨੇ, ਮੁਸਲਮਾਨ ਨੇ, ਮੁਸਲਮਾਨ ਮੀਟ ਖਾਂਦੇ ਨੇ ਸਾਰੇ, ਥੋੜ੍ਹੇ ਦੇਰ ਰਾਜ ਕੀਤਾ, ਤੁਸੀਂ ਜਦੋਂ ਉਹਨਾਂ 'ਤੇ ਕਰ ਲਉਂਗੇ ਉਦੋਂ ਗੱਲ ਕਰਿਓ। ਰਾਜ ਕਿਵੇਂ ਕੀਤਾ ਉਹਨਾਂ 'ਚ? ਏਕਤਾ ਸੀ, ਤੁਹਾਡੇ 'ਚ ਹੈ ਨਹੀਂ ਸੀ। ਜਿੱਥੇ ਏਕਤਾ ਨਹੀਂ ਉੱਥੇ ਧਰਮ ਹੁੰਦਾ ਹੀ ਨਹੀਂ। ਪ੍ਰਿਥਵੀ ਰਾਜ ਚੌਹਾਨ, ਉਹ ਜੈ ਚੰਦ ਦੀ ਲੜਕੀ ਨੂੰ ਲਾਇਆ, ਧਰਮ ਸੀ ਇਹ ਧਰਮ ਸੀ? ਕਿੰਨਾ ਚਿਰ ਗੁਲਾਮ ਰਹੇ ਸੀ, ਮੁਹੰਮਦ ਗੌਰੀ ਨੇ ਕਬਜ਼ਾ ਕਰ ਲਿਆ। ਕੀ ਕਰੀਏ ਤੁਹਾਡੇ ਅਸੀਂ ਧਰਮ ਨੂੰ, ਜਿਹੜਾ ਗੁਲਾਮ ਕਰਾਉਂਦਾ, ਜਿਹੜਾ ਪੱਠ ਧਾੜ ਕਰਦਾ, ਉਹਨਾਂ 'ਚ ਏਕਤਾ ਸੀ, ਤੁਹਾਡੀ ਏਕਤਾ ਕਿੱਥੇ ਗਈ? ਫਿਰ ਚਲੋ, ਉਹਦੇ ਇਲਾਵਾ ਉਹ ਵੀ ਸ਼ਰਾਬੀ ਪੀਂਦੇ ਨੇ ਇਸ ਅੰਗਰੇਜ਼, ਥੋੜ੍ਹੇ ਦੇਰ ਰਾਜ ਕੀਤਾ ਉਹਨਾਂ ਨੇ, ਕੀਤਾ ਨਾ ਕੀਤਾ? ਫਿਰ ਅਕਲ ਬੇਅਕਲਾਂ 'ਤੇ ਰਾਜ ਕਰਦੀ ਹੁੰਦੀ ਹੈ, ਇਹਦਾ ਮਤਲਬ ਤੁਹਾਡਾ ਬੇਅਕਲਾਂ ਵਾਲਾ ਧਰਮ ਹੈ। ਤੁਹਾਡਾ ਧਰਮ ਬੇਅਕਲ ਬਣਾਉਣਾ, ਬੇਅਕਲ ਰੱਖਣਾ ਆਪਣੇ ਲੋਕਾਂ ਨੂੰ, ਉਹਨਾਂ ਦਾ ਗਿਆਨ ਦਾ ਧਰਮ ਸੀ। ਗਿਆਨਵਾਨ ਹਮੇਸ਼ਾ ਅਗਿਆਨੀ ਦੇ ਰਾਜ ਕਰਦੇ ਆ, ਇਹ ਕਰਦੇ ਹੋਣਗੇ। ਸਾਡੇ ਹੁਣ ਜੱਜ ਨੇ, ਗਿਆਨ ਜ਼ਿਆਦਾ ਹੁੰਦਾ ਤਾਂ ਹੀ ਉਹ ਤਰੱਕੀ ਕਰਦੇ ਨੇ। ਅਫਸਰਾਂ ਨੂੰ ਗਿਆਨ ਹੁੰਦਾ, ਮੁੰਡੇ ਸਿਲੈਕਟ ਹੁੰਦੇ ਨੇ ਗਿਆਨ ਕਰਕੇ ਸਿਲੈਕਟ ਹੁੰਦੇ, ਬੌਧਿਕ ਲੈਵਲ ਉਹਦਾ ਉੱਚਾ ਹੁੰਦਾ, ਬੁੱਧੀ ਉਹ ਪਰਖੀ ਜਾਂਦੀ ਹੈ, ਪੜ੍ਹਾਈ 'ਚ ਵੀ ਬੁੱਧੀ ਵਾਲੇ ਅੱਗੇ ਨੰਬਰ ਲੈਂਦੇ ਨੇ। ਤੁਸੀਂ ਕਿਹੜੇ ਧਰਮ 'ਚ ਪਏ ਹੋਏ ਹੋ? ਤੁਸੀਂ ਆਪਣੇ ਲੋਕਾਂ ਦਾ ਗਿਆਨ ਨਾਸ਼ ਕਰਕੇ ਚਾਹੁੰਦੇ ਹੋ ਵੀ ਅਸੀਂ ਗੁਰੂ ਬਣ ਜਾਈਏ, ਸਾਡੇ ਕੋਈ ਸਵਾਲ ਨਾ ਪੁੱਛੋ। ਦੂਜੀ ਗੱਲ ਨਾਮ, ਹਾਂ ਚਲੋ ਆਰਾਮ ਦਾ ਬਾਅਦ ਦੇ ਵਿੱਚ ਕਰਦਾ ਮੈਂ। ਉਹ ਜਿਹੜੇ ਲੋਕ ਨੇ ਪ੍ਰੈਕਟੀਕਲੀ ਇਮਾਨਦਾਰ ਨੇ ਸਾਡੇ ਨਾਲ, ਜਿਹੜੇ ਸ਼ਰਾਬ ਪੀਂਦੇ ਨੇ, ਮਾਂਸ ਖਾਂਦੇ ਨੇ, ਇਮਾਨਦਾਰੀ ਧਰਮ ਹੈ। ਦੱਸੋ ਤੁਹਾਡੇ, ਤੁਸੀਂ ਤਾਂ ਖਾਂਦੇ ਨਹੀਂ, ਤੁਸੀਂ ਬੇਈਮਾਨ ਕਿਉਂ ਹੋ? ਕਿੰਨੇ ਸੰਤ ਜੇਲ੍ਹ 'ਚ ਬੈਠੇ ਨੇ ਤੁਹਾਡੇ, ਕਿੰਨਿਆਂ ਦੀ ਨਿੰਦਿਆ ਹੋ ਰਹੀ ਆ ਸਾਰਿਆਂ ਦੀ ਮਾਂ ਸ਼ਰਾਬ ਤੋਂ, ਹੁਣ ਤੁਸੀਂ ਬੋਲਦੇ ਕਿਉਂ ਨਹੀਂ? ਗੁਰਬਾਣੀ ਕਹਿੰਦੀ ਹੈ ਜੀਆਂ ਕਾ ਆਹਾਰ ਜੀ, ਸਾਰੇ ਜੀਵ ਜੀਵਾਂ ਦਾ ਆਹਾਰ ਨੇ ਖਾਂਦੇ ਨੇ, ਇਹ ਤਾਂ ਨੇਚਰ ਹੈ, ਇਹ ਅਨਨੈਚੁਰਲ ਧਰਮ ਹੈ। ਜਿੱਥੇ ਤੱਕ ਅਲਕੋਹਲ ਦੀ ਗੱਲ ਹੈ, ਸ਼ਰਾਬ ਦੀ ਗੱਲ ਹੈ, ਹਰ ਚੀਜ਼ ਹਲਕ 'ਤੇ ਜਾ ਕੇ ਥੱਲੇ ਅਲਕੋਹਲ ਬਣ ਜਾਂਦੀ ਹੈ। ਡਾਈਜੈਸ਼ਨ ਸਿਸਟਮ ਦੇ ਬਿਨਾਂ, ਅਲਕੋਹਲ ਦੇ ਬਿਨਾਂ ਡਾਈਜੈਸ਼ਨ ਸਿਸਟਮ ਚੱਲਦਾ ਹੀ ਨਹੀਂ। ਹੈ ਅਲਕੋਹਲ ਤਾਂ ਸਾਰੇ ਲੈ ਰਹੇ, ਇਹਦਾ ਮਤਲਬ ਅਲਕੋਹਲ ਤਾਂ ਬਿਨਾਂ ਤਾਂ ਹੈ, ਤੁਸੀਂ ਮਿੱਠਾ ਖਾਓ, ਖੱਟਾ ਇੱਥੇ ਹੁੰਦਾ, ਜ਼ਿਆਦਾ ਹੋ ਜਾਂਦਾ। ਇਹਨੂੰ ਸੋਮਰਸ ਕਹਿਣ 'ਤੇ, ਹਾਂਜੀ ਦੇਵਤੇ ਕਹਿੰਦੇ, ਦੇਵਤੇ ਇਹ ਦੇਵਤਿਆਂ ਦੇ ਪੀਣ ਵਾਲੀ ਚੀਜ਼ ਹੈ। ਔਰ ਇਹਨੂੰ ਸੁਰਾ ਲਿਖਿਆ ਹੋਇਆ ਸੁਰਾ ਗ੍ਰੰਥਾਂ 'ਚ, ਤੁਸੀਂ ਕਹਿੰਦੇ ਰਾਕਸ਼ਾਂ ਦੀ ਹੁੰਦੀ ਤਾਂ ਉਹ ਸੁਰਾ ਹੁੰਦੀ,
ਰਾਵਣ ਪੀਂਦਾ ਤਾਂ ਉਹ ਦੇਵਤਾ ਤਾਂ ਤੁਸੀਂ ਰਾਕਸ਼ਸ਼ ਹੋ। ਕ੍ਰਿਸ਼ਨ ਦੇ ਜਿਹੜੇ ਪਰਿਵਾਰ ਹੈ ਸਾਰਾ ਪੀਂਦਾ ਸੀ। ਮਤਲਬ ਇਹ ਨਹੀਂ ਹੈ ਸ਼ਰਾਬ ਦਾ ਅਰਮਾਨ ਦਾ ਬੇਈਮਾਨੀ ਆ ਰਹੇ ਇਮਾਨਦਾਰੀ। ਦੇਖੋ ਸ਼ਰਾਬ ਇੱਕ ਆਦਮੀ ਦੇ ਅੰਦਰੋਂ ਨਸ਼ਾ ਕਹੋ, ਹੁਣ ਸ਼ਰਾਬ ਨੂੰ ਇੱਕ ਪਾਸੇ ਕਰ ਦਿਓ। ਜਦੋਂ ਵੀ ਪੁਲਿਸ ਨੂੰ ਅਖੀਰ ਹੋ ਜਾਂਦਾ ਹੈ ਫਿਰ ਉਹ ਇੰਜੈਕਸ਼ਨ ਲਾ ਕੇ ਉਹਦੇ ਅੰਦਰੋਂ ਸੱਚ ਕੱਢ ਲੈਂਦੇ ਨੇ। ਇਹ ਸੱਚ ਬਾਹਰ ਕੱਢਦੀ ਹੈ ਸ਼ਰਾਬ, ਤਾਂ ਤੁਹਾਨੂੰ ਡਰ ਲੱਗਦਾ ਸੱਚ 'ਤੇ, ਤਾਂ ਕਹਿੰਦੇ ਉਹ ਪੀਓ ਨਾ। ਤੁਹਾਡੇ ਝੂਠ ਦੇ ਖਿਲਾਫ਼ ਬੋਲਣ ਲੱਗ ਜਾਣਗੇ ਲੋਕ ਦਾਰੂ ਪੀ ਕੇ, ਤੁਹਾਨੂੰ ਲੱਗਦਾ ਡਰ ਕਿ ਹੌਸਲਾ ਹੋ ਜਾਂਦਾ ਉਹਨੂੰ, ਮੂੰਹ ਤੱਕ ਮਾਰੂਗਾ ਉਹਦੇ। ਉਹਨੇ ਸੱਚ ਸੁਣ ਕੇ ਸੱਚ ਬੋਲ ਦੇਣਾ। ਇਹ ਡਰਾਏ ਨੇ ਲੋਕ ਇਹਨਾਂ ਨੇ। ਹੁਣ ਇਹ ਰਾਮ ਮਾਸ ਨਾ ਖਾਓ, ਰਾਮਚੰਦਰ ਮਿਰਗ ਮਾਰਦਾ ਤਾਂ ਖਾਂਦਾ ਤਾ, ਰਾਮਚੰਦਰ ਦਾ ਉਹਦੀ ਰਮਾਇਣ ਕੱਢ ਲੈਣ। ਗੋਵੇਂ ਦੇ ਅੱਗ ਹੁੰਦੇ ਤੇ ਪਹਿਲਾਂ, ਗਾਜਮੇ ਦੇ ਅੱਗ ਹੁੰਦੇ ਤੇ ਉਹ ਕੀ ਕਰਦੇ ਤੇ, ਅਸ਼ਮੇ ਦੇ ਅੱਗ ਹੁੰਦੇ ਤੇ, ਅਜਾਮੇ ਦੇ ਅੱਗ ਹੁੰਦੇ ਤੇ। ਕਿਹੜਾ ਗ੍ਰੰਥ ਹੈ ਜਿਹੜਾ ਮਾਸ ਖਾਣ ਤੋਂ ਖਿਲਾਫ਼ ਹੈ? ਬਲੀਆਂ ਕੀ ਨੇ? ਝੋਟੇ ਆਉਂਦੀਆਂ ਬਲੀਆਂ ਹੁਣ ਨੇਪਾਲ ਦਿੱਤੀਆਂ ਜਾਂਦੀਆਂ ਨੇ। ਉਹ ਨੇਪਾਲ ਆਖਰੀ ਕਹਿੰਦੇ ਨੇ ਹਿੰਦੂ ਰਾਜਾ ਸੀ, ਹਿੰਦੂ ਰਾਜ ਤੇ ਉੱਥੇ ਤਾਂ ਉਹ ਤਾਂ ਮਾਸ ਖਾਂਦੇ ਨੇ ਸਾਰੇ। ਇਹ ਕੁਛ ਵੀ ਨਹੀਂ ਹੈ, ਇਹ ਧਰਮ ਦੇ ਨਾਂ 'ਤੇ ਫਰੋਡੀ ਨੇ ਸਾਰੇ। ਇੱਕ ਵੈਸ਼ਨੂ ਮਤ ਹੈ, ਧਰਮ ਨਹੀਂ ਹੈ ਉਹ, ਵੈਸ਼ਨਵ ਮਤ। ਉਹ ਉਹਨਾਂ ਨੇ ਪ੍ਰਚਾਰ ਕੀਤਾ ਇਹਦੇ ਖਿਲਾਫ਼, ਵੈਸ਼ਨਵ ਮਤ ਵਾਲਿਆਂ ਨੇ। ਤਾਂ ਵੈਸ਼ਨਵ ਦੀ ਡੈਫੀਨੇਸ਼ਨ ਪੰਜਵੇਂ ਪਾਤਸ਼ਾਹ ਦੇ ਰਹੇ ਨੇ ਸੁਖਮਨੀ ਸਾਹਿਬ 'ਚ, ਕਿ ਵੈਸ਼ਨੂ ਸੋ ਜੇ ਸੁਪਰ ਸੋ ਪ੍ਰਸੰਨ। ਵੈਸ਼ਨਵ ਉਹ ਹੈ ਜਿਹਦੇ 'ਤੇ ਪਰਮੇਸ਼ੁਰ ਖੁਸ਼ ਹੋ ਜਾਵੇ। ਜੇ ਰੱਬ ਦੀ ਪਰਮੇਸ਼ੁਰ ਦੀ ਖੁਸ਼ੀ ਪ੍ਰਾਪਤ ਕਰ ਲਵੇ ਨਾ, ਉਹ ਵੈਸ਼ਨਵ ਹੈ। ਵਿਸਰ ਕੀ ਮਾਇਆ ਤੇ ਹੋਏ ਭਿੰਨ, ਆਹ ਜਿਹੜਾ ਸਰੀਰ ਹੈ ਨਾ ਇਹ ਤੋਂ ਅਲੱਗ ਉੱਪਰ ਉੱਠ ਜਾਏ ਫਿਰ ਵੈਸ਼ਨੂ ਹੈ। ਸਰੀਰ ਤਾਂ ਮਾਸਦਾ, ਮਾਸ ਖਾ ਕੇ ਹੀ ਵਧਿਆ। ਹੁਣ ਮੈਂ ਕਹਿੰਦਾ ਵੀ ਜਦ ਬੱਚਾ ਜੰਮਿਆ ਕਿੰਨਾ ਵਜ਼ਨ ਸੀ ਉਹਦਾ? ਡੇਢ ਦੋ ਕਿਲੋ, ਇੱਕ ਡੇਢ ਦੋ ਕਿਲੋ ਹੁੰਦਾ। ਤੇ ਫਿਰ 80 ਕਿਲੋ ਦਾ ਕਿਵੇਂ ਹੋ ਗਿਆ? ਕੀ ਖਾ ਕੇ? ਖੁਰਾਕ ਵਗੈਰਾ ਜੋ ਵੀ ਖਾਂਦਾ ਹੈ, ਜੋ ਖਾਂਦਾ ਉਹਦਾ ਮਾਸ ਬਣਦਾ। ਦੁੱਧ ਪੀ ਕੇ? ਅਸਲ ਦੁੱਧ ਵੀ ਮਾਸ ਹੀ ਹੈ ਫਿਰ। ਦੁੱਧ ਵੀ ਮਾਸ ਹੀ ਹੈ ਫਿਰ, ਜੇ ਇਹਨਾਂ ਨੂੰ ਨਹੀਂ ਗਿਆ ਨਾ। ਜੇ ਤੇ ਦਾਣੇ ਅੰਨ ਕੇ ਜੀਵ ਆ ਜਾਣ ਕੋਈ, ਹਰ ਦਾਣੇ ਵਿੱਚ ਵੱਡਾ ਦਰਸ ਆ, ਜਿੰਨੀ ਜਿੰਨੀ ਬਨਸਪਤੀ ਹੈ। ਨਾਲੇ ਇਹਨਾਂ ਦਾ ਵੇਦ ਮੰਨਦਾ 84 ਲੱਖ ਜੂਨ ਹੈ, ਵੀ 84 ਲੱਖ ਜੂਨ ਦੇ ਵਿੱਚ ਅੰਡਰ ਜੇਰਤ ਸੇ ਤੇ ਜੁੱਤ ਪਜ ਖਾਨ ਸਭੀ ਰਸਤੇ ਨਹੀਂ, ਸਾਰੇ ਆ ਗਏ ਫਿਰ ਸਾਰੇ ਮਾਸ ਹੋ ਗਿਆ। ਮਾਸ ਤੋਂ ਕਿਵੇਂ ਬਚਿਆ ਜਾਊਗਾ? ਇਹ ਜਿਹੜੇ ਨਾ ਰਾਧਾ ਸਵਾਮੀ, ਉਹਨਾਂ ਨੇ ਤਾਂ ਮੰਨ ਲਿਆ ਮੇਰੀ ਗੱਲ ਵੀ ਮਾਸ ਤੋਂ ਬਚਿਆ ਨਹੀਂ ਜਾ ਸਕਦਾ, ਉਹਨਾਂ ਨੇ ਅਮੈਂਡਮੈਂਟ ਕਰ ਲਈ। ਸ਼ਰਾਬ ਖਾਤਰ ਚੁੱਪ ਨੇ, ਉਹ 15 ਸਾਲ ਹੋ ਗਏ ਅਮੈਂਡਮੈਂਟ ਕੀਤੀ ਨੂੰ ਉਹਨਾਂ ਨੂੰ, 2.5 ਸਾਲ ਆਉਂਦੇ ਰਹੇ ਨੇ ਮੇਰੇ ਕੋਲ, ਇੱਕ ਵੀ ਉਹਨਾਂ ਕੋਲ ਗੱਲ ਨਹੀਂ ਹੈ ਅਕਲ ਦੀ, ਮੇਰੇ ਕੋਲ ਉੱਬਾ ਪਾਣੀ ਪੜੀ ਜਾਂਦੇ ਆ। ਦਹੀਂ ਦੇ ਵਿੱਚ ਬਹੁਤ ਬੈਕਟੀਰੀਆ। ਹਾਂ ਹਾਂ, ਸਭ ਇਹਨਾਂ ਨੇ ਅੱਖਾਂ ਬੰਦ ਕਰ ਲਈਆਂ। ਗੁਰਬਾਣੀ ਕਹਿੰਦੀ ਹੈ ਮਾਸ ਮਾਸ ਕਰ ਮੂਰਖ ਝਗੜੇ, ਗੁਰੂ ਨਾਨਕ ਕਹਿੰਦਾ ਮੇਰੇ ਨਾਲ ਮੂਰਖ ਝਗੜ ਪਏ ਮਾਸ ਮਾਸ, ਵੀ ਤੂੰ ਮਾਸ ਖਾਂਦਾ। ਗਿਆਨ ਧਿਆਨ ਨਾ ਜਾਣਾ, ਨਾ ਗਿਆਨ ਦੀ ਗੱਲ ਕਰਦੇ ਨੇ ਨਾ ਧਿਆਨ ਦੀ ਗੱਲ ਕਰਦੇ ਨੇ, ਗਿਆਨ ਧਿਆਨ ਦਾ ਵਿਸ਼ਾ ਧਰਮ। ਕੌਣ ਮਾਸ ਕੌਣ ਸਾਗ ਕਹਾਵਾ, ਮੈਨੂੰ ਇਹ ਦੱਸੋ
ਮਾਸ ਕੀ ਚੀਜ਼ ਹੈ, ਸਬਜ਼ੀ ਕੀ ਚੀਜ਼ ਹੈ। ਅਸੀਂ ਕਹਿੰਦੇ ਵੀ ਗੋਭੀ ਵੀ ਮਾਸ ਹੈ, ਆਲੂ ਵੀ ਮਾਸ ਹੈ। ਹੁਣ ਆਂਡੇ, ਆਲੂਆਂ ਨੂੰ ਨਿਹੰਗ ਸਿੰਘ ਆਂਡੇ ਕਹਿੰਦੇ ਨੇ, ਹੁਣ ਆਂਡੇ ਮਾਸ ਹੈ? ਆਲੂਆਂ ਨੂੰ ਨਿਹੰਗ ਸਿੰਘ ਆਂਡੇ ਕਹਿੰਦੇ ਨੇ, ਆਂਡੇ ਨੂੰ ਆਲੂ ਕਹਿੰਦੇ ਨੇ? ਨਾ ਨਾ, ਆਂਡੇ ਆਲੂ ਆਪੇ ਹੋ ਗਏ। ਅੱਛਾ, ਹੈਂ? ਉਹ ਕਹਿੰਦੇ ਨੇ ਵੀ ਜੇ ਆਲੂ ਖਾ ਲਓ ਤਾਂ ਵੀ ਆਂਡੇ ਖਾਧੇ ਤੁਸੀਂ, ਵੀ ਆਲੂ ਵੀ ਛੱਡੋ, ਆਂਡੇ ਆਲੂ ਇੱਕੋ ਨੇ। ਹੁਣ ਜੇ ਆਂਡੇ ਨੇ ਉਹ ਤਾਂ ਮਾਸ ਨਹੀਂ ਹੈ, ਉਹ ਖਾ ਲਓ, ਉਹ ਕਿਉਂ ਨਹੀਂ ਖਾਂਦੇ? ਇਹ ਬਹੁਤ ਬੁਰੀ ਤਰ੍ਹਾਂ ਸਾਡੇ ਭਜਾਏ ਹੋਏ ਨੇ, ਇੱਕ ਥੋਂ ਨਹੀਂ ਵਧੇਰੇ ਥੋਂ ਭਜਾਏ ਹੋਏ ਨੇ। ਇਹ ਕੋਈ ਦਮ ਨਹੀਂ ਇਹਨਾਂ ਗੱਲਾਂ 'ਚ, ਹੋਣੇ ਚੁੱਪ ਨੇ ਵਿਚਾਰੇ ਸਾਰੇ। ਇਹਨਾਂ ਦੀ ਗੱਲ ਕੀ ਕਰਨੀ ਹੈ? ਆ ਝੰਡੇ ਵਿੱਚ ਇਹਨਾਂ ਦਾ ਕੋਈ ਬੰਦਾ ਹੈ? ਕੁਛ ਵੀ ਨਹੀਂ। ਇਹ ਤਾਂ ਐਂ ਬਹਿ ਜਾਣਗੇ ਚੁੱਪ ਕਰਕੇ ਜਿੰਨਾ ਚਿਰ ਕਿਸੇ ਨੇ ਕਿੰਤੂ ਪਰੰਤੂ, ਇਹਨਾਂ ਨੇ ਕੀ ਕਹਿ ਦਿੱਤੀ ਵੀ ਕਿੰਤੂ ਪਰੰਤੂ ਨਹੀਂ ਕਰੀਦਾ ਧਰਮ 'ਚ, ਕਿ ਝੂਠੇ ਸੀ ਨਹੀਂ, ਠੇਸ ਨਹੀਂ ਪਹੁੰਚਾ ਸਕਦੇ ਤੁਸੀਂ ਨਾ ਮੈਨੂੰ ਪ੍ਰਚਾਰ, ਤੇ ਗੁਰਬਾਣੀ ਠੇਸ ਪਹੁੰਚਾਉਂਦੀ ਹੈ, ਕਰਨ ਇੱਥੇ ਕੇਸ ਪਹੁੰਚਾ ਦੇਣ। ਗੁਰਬਾਣੀ ਤਾਂ ਸਾਰੇ ਠੇਸ ਪਹੁੰਚਾਉਂਦੀ ਹੈ, ਗੁਰੂ ਗ੍ਰੰਥ ਸਾਹਿਬ ਤਾਂ ਜਾਂ ਪਾਠ ਕਰਦਾ ਗ੍ਰੰਥੀ ਉਹ ਤਾਂ ਲਾਹਣ ਬੈਨ ਫਿਰ ਲਾ ਦੇਣ। ਜਦ ਉਹ ਕਹਿੰਦੇ ਨੇ ਦਸਮ ਪਾਤਸ਼ਾਹ ਦੀ ਬਾਣੀ ਹੈ, ਕਾਹੇ ਕੋ ਪਾਹਨ ਪੂਜਿਤ ਹੈ ਪਸ਼ੂ, ਪਾਹਨ ਮੈਂ ਪਰਮੇਸ਼ਰ ਨਾਹੀਂ, ਠੇਸ ਨਹੀਂ ਪਹੁੰਚੀ, ਕਰ ਦੇਣ ਫਿਰ। ਇਸ ਸ਼ਬਦ ਦੀ ਕੀ ਵਿਆਖਿਆ ਬਾਪੂ ਜੀ? ਕਾਹੇ ਕੋ ਪਾਹਨ ਪੂਜਿਤ ਹੈ ਪਸ਼ੂ, ਹਾਂਜੀ, ਪਾਹਨ ਕੋ ਪਾਹਨ ਮੈਂ ਪਰਮੇਸ਼ਰ ਨਾਹੀਂ। ਇਹ ਪਸ਼ੂ ਕਿਉਂ ਪੱਥਰ ਪੂਜਦਾ ਜੇ ਪਰਮੇਸ਼ਰ ਨਹੀਂ ਹੈ? ਇਹ ਠੇਸ ਨਹੀਂ, ਫਿਰ ਤਾਂ ਕੇਸ ਕਰਨ ਜਾਂ ਮੇਰੇ 'ਤੇ ਕਰ ਦੇਣ ਕੇਸ, ਮੈਂ ਬਾਣੀ ਪੜ੍ਹੂੰਗਾ, ਮੇਰੇ 'ਤੇ ਕੇਸ ਬਣਾ ਦੇਣ, ਫਿਰ ਇਹ ਪਤਾ ਲੱਗ ਜੂਗਾ ਕੀ ਭਾਅ ਵਿਕਦੀ ਹੈ। ਇਹ ਝੂਠੇ ਨੇ, ਝੂਠ ਨੂੰ ਬਚਾਉਣਾ ਚਾਹੁੰਦੇ ਨੇ। ਹੁਣ ਮਤਲਬ ਇਹਨਾਂ ਨੇ ਧਰਮ ਨੂੰ ਨਾ ਉਹ ਕੀਤਾ ਹੋਇਆ, ਗੁੰਝਲਦਾਰ ਬਣਾਇਆ ਹੋਇਆ। ਨਹੀਂ, ਸੁੱਖੇ ਇਹ ਸੱਚ ਦੀ ਠੇਸ ਇਹ ਪਹੁੰਚਾ ਰਹੇ ਨੇ, ਕੇਸ ਇਹਨਾਂ 'ਤੇ ਉਲਟਾ ਪੈ ਜੂਗਾ। ਸੱਚ ਦੀ ਨਿੰਦਿਆ ਹੋ ਸਕਦੀ ਹੈ, ਸੱਚ ਨੂੰ ਠੇਸ, ਝੂਠ ਨੂੰ ਕੀ ਠੇਸ ਪਹੁੰਚਾਉਣੀ ਹੈ ਬਈ? ਝੂਠੇ ਨੂੰ ਪੁਲਿਸ ਕਿਉਂ ਕੁੱਟਦੀ ਹੈ ਫਿਰ? ਭਾਵਨਾ ਕੀ ਹੁੰਦੀ ਹੈ? ਭਾਵਨਾ ਕਿਸੇ ਕੀ ਜੋ ਹੈ ਵੋ ਪਰਮੇਸ਼ਰ ਕੀ ਭਾਵਨਾ ਕੋ ਠੇਸ ਪਹੁੰਚਾਤੀ ਹੈ। ਪਰਮੇਸ਼ਰ ਕੀ ਵੀ ਭਾਵਨਾ, ਪਰਮੇਸ਼ਰ ਦੀ ਭਾਉਂਦਾ ਕੁਛ ਚਾਹੁੰਦਾ, ਕੁਛ ਅਸੀਂ ਚਾਹੁੰਦੇ ਹਾਂ, ਜੋ ਅਸੀਂ ਚਾਹੁੰਦੇ ਹਾਂ ਪਰਮੇਸ਼ਰ ਦੇ ਖਿਲਾਫ ਹੈ ਉਹ, ਫਿਰ ਉਹਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ, ਉਹਦੇ ਕੇਸ ਹੋਣਾ ਚਾਹੀਦਾ। ਜਾਂ ਤੇਰੀ ਭਾਵਨਾ ਨੂੰ ਜੋ ਫਿਰ ਪਰਮੇਸ਼ਰ 'ਤੇ ਖੇਸ ਬਣਾਓ ਤੁਸੀਂ, ਬਾਣੀ ਪਰਮੇਸ਼ਰ ਦੀ ਹੈ, ਤੁਸੀਂ ਤਾਂ ਪਰਮੇਸ਼ਰ ਦੇ ਖਿਲਾਫ ਖੜੇ ਹੋ, ਤੁਹਾਡਾ ਕਾਨੂੰਨ ਪਰਮੇਸ਼ਰ ਦੇ ਖਿਲਾਫ ਹੈ। ਵੇਦ ਪਰਮੇਸ਼ਰ ਦੀ ਬਾਣੀ ਹੈ, ਉਹਨਾਂ ਨੇ ਸੁਣ ਕੇ ਬੋਲੀ ਹੋਈ ਹੈ। ਜੇ ਉਹਦੇ ਖਿਲਾਫ ਕੇਸ ਹੈ ਤਾਂ ਰੱਬ ਦੇ ਖਿਲਾਫ ਖੜੇ ਨੇ ਫਿਰ ਇਹਨਾਂ ਦਾ ਇਹ ਟੋਲਾ। ਸਾਨੂੰ ਮਤਲਬ ਮਨੋ ਇਮਾਨਦਾਰ ਹੋਣ ਦੀ ਲੋੜ ਹੈ ਬਸ, ਧਰਮ ਇਮਾਨਦਾਰ ਤਾਂ ਹੈ ਨਹੀਂ। ਜੇ ਇਮਾਨਦਾਰ ਹਾਂ ਮੈਨੂੰ ਠੇਸ ਕਿੱਥੋਂ ਪਹੁੰਚੂ? ਠੇਸ ਪਾਉਂਦੇ ਬੇਈਮਾਨੀ ਨੂੰ। ਬੇਈਮਾਨ ਕਹਿੰਦਾ ਮੇਰੇ ਖਿਲਾਫ ਨਾ ਬੋਲੋ, ਬੇਈਮਾਨ ਦੇ ਖਿਲਾਫ ਬੋਲਾਂਗੇ, ਬੋਲਦੇ ਰਹਿਣਗੇ, ਧਰਮ ਬੋਲਦਾ ਰਹੂਗਾ, ਕੋਈ ਮੂੰਹ ਨਹੀਂ ਬੰਦ ਕਰ ਸਕਦਾ ਉਹਦਾ। ਇਹ ਜਿਹੜੇ ਉਹਨੇ ਉਹ ਸੀ ਨਾ ਇਹ ਹੁਣ ਤੱਕ ਕਾਨੂੰਨ ਬਣਾਉਣ ਵਾਲੇ, ਉਹ ਥੋੜ੍ਹੀ ਅਕਲ ਵਾਲੇ ਅਤੇ ਦੂਏ ਬੁੱਧੂ ਸੀ। ਹੁਣ ਉਦੋਂ ਉਹਨਾਂ ਦੇ ਪਿਓ ਆ ਗਏ ਕਹਾਂ, ਹੁਣ ਬੋਲਣ ਕਿਹੜਾ ਬੋਲਦਾ? ਉਹ ਸਾਰੇ ਵਰਡ ਲੈਵਲ 'ਤੇ ਖੜ੍ਹੇ ਹਾਂ ਅਸੀਂ, ਇਹ ਕਿਵੇਂ ਰੋਕ ਦੇਣਗੇ ਸਾਨੂੰ ਬੋਲਣ 'ਤੇ? ਆਪ ਚੁੱਪ ਹੋਣਾ ਪਊਗਾ ਹੁਣ।